ਵਕਤ ਦੀ ਬੜੀ ਹੀ ਹੈਰਾਨ ਕਰ ਦੇਣ ਵਾਲੀ ਇੱਕ ਖਬਰ ਸਾਹਮਣੇ ਆਈ ਹੈ। ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਉਹਨਾਂ ਨੂੰ ਲੈ ਕੇ, ਸੀਰਤ ਕੌਰ ਮਾਨ ਜਿਵੇਂ ਹੀ ਇਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਵੀਡੀਓ ਪਾਈ ਤੇ ਵੀਡੀਓ ਪਾਉਣ ਤੋਂ ਬਾਅਦ ਜਿੰਨੇ ਵੀ ਸਿਆਸੀ ਗਲਿਆਰੇ ਨੇ, ਆਮ ਆਦਮੀ ਪਾਰਟੀ ਦਿੱਲੀ ਤੱਕ ਅਰਵਿੰਦ ਕੇਜਰੀਵਾਲ ਰਾਘਵ ਚੱਡਾ ਉਹਨਾਂ ਦੇ ਵੀ ਹੱਥਾਂ ਪੈਰਾਂ ਦੀ ਪੈ ਗਈ ਕਿ ਇਹ ਕਿੱਦਾਂ ਹੋ ਗਿਆ। ਉਧਰ ਭਗਵੰਤ ਮਾਨ ਜਿਸਨੇ ਚੱਲਦੇ ਭਾਸ਼ਣ ਦੇ ਵਿੱਚ ਰੋ ਰੋ ਕੇ ਕਿਹਾ ਕਿ ਪੁੱਤ ਸੀਰਤ ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਕਿ ਤੂੰ ਮੈਨੂੰ ਏਦਾਂ ਸੋਸ਼ਲ ਮੀਡੀਆ ਦੇ ਉੱਪਰ ਬਦਨਾਮ ਕਰੇਂਗੀ, ਮੈਂ ਤੇਰੇ ਲਈ ਸਭ ਕੁਛ ਤੁਹਾਡੇ ਨਾਮ ਕਰ ਦਿੱਤਾ, ਬੇਸ਼ੱਕ ਤੁਹਾਡੀ ਮਦਰ ਨੂੰ ਮੈਂ ਤਲਾਕ ਵੀ ਦੇ ਦਿੱਤਾ ਪਰ ਮੈਂ ਆਪਣੀ ਸਾਰੀ ਪ੍ਰੋਪਰਟੀ ਤੁਹਾਡੇ ਨਾਮ ਕਰ ਚੁੱਕਿਆ ਹਾਂ, ਤੁਸੀਂ ਫੇਰ ਵੀ ਮੈਨੂੰ ਬਦਨਾਮ ਕਰ ਰਹੇ ਹੋ। ਜੇਕਰ ਇਹ ਵੀਡੀਓ ਵਾਇਰਲ ਨਾ ਹੁੰਦੀ ਤਾਂ ਤੁਸੀਂ ਲੋਕਾਂ ਨੇ ਯਕੀਨ ਹੀ ਨਹੀਂ ਕਰਨਾ ਸੀ, ਇਸੇ ਲਈ ਇਕੱਲੀ ਇਕੱਲੀ ਗੱਲ ਤੁਹਾਨੂੰ ਦੱਸਦੇ ਹਾਂ, ਵੀਡੀਓ ਦੇ ਅੰਤ ਤੱਕ ਬਣੇ ਰਹੋ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ, ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰ ਦਿਓ ਤਾਂ ਜੋ ਇੱਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਸੋ ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਆਪਾਂ ਗੱਲਬਾਤ ਸਾਂਝੀ ਕਰਾਂਗੇ ਸੀਰਤ ਕੌਰ ਮਾਨ ਦੇ ਬਾਰੇ। ਸੀਰਤ ਕੌਰ ਮਾਨ ਜਦੋਂ ਭਗਵੰਤ ਮਾਨ ਚੋਣ ਲੜਨ ਜਾ ਰਿਹਾ ਸੀ ਵਿਧਾਨ ਸਭਾ ਦੀ, ਤਾਂ ਸੀਰਤ ਕੌਰ ਮਾਨ ਅਤੇ ਉਸਦਾ ਬ੍ਰਦਰ ਦੋਨਾਂ ਨੇ ਆ ਕੇ ਵੋਟਾਂ ਵੀ ਮੰਗੀਆਂ ਸੋਸ਼ਲ ਮੀਡੀਆ ਦੇ ਦੁਆਰਾ। ਉਸ ਤੋਂ ਬਾਅਦ ਜਿਵੇਂ ਹੀ ਮੁੱਖ ਮੰਤਰੀ ਦੀ ਕੁਰਸੀ ਦੇ ਉੱਪਰ ਬੈਠਦੇ ਨੇ ਤੇ ਜਦੋਂ ਸਹੁੰ ਚੁੱਕ ਸਮਾਗਮ ਹੁੰਦਾ ਹੈ ਤਾਂ ਸੀਰਤ ਕੌਰ ਮਾਨ ਅਤੇ ਉਸਦਾ ਬ੍ਰਦਰ ਦੋਨੋਂ ਉਸ ਮੌਕੇ ਮੌਜੂਦ ਸੀ ਅਤੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਇੱਕ ਬਿਆਨ ਵੀ ਦਿੱਤਾ ਸੀ ਕਿ ਸਾਡੇ ਪਾਪਾ ਪੰਜਾਬ ਦੇ ਸੀਐਮ ਬਣ ਗਏ ਨੇ, ਸਾਨੂੰ ਬਹੁਤ ਖੁਸ਼ੀ ਹੈ। ਉਹ ਤੁਸੀਂ ਬਿਆਨ ਜੋ ਹੈ ਉਹ ਤੁਸੀਂ ਦੇਖ ਸਕਦੇ ਹੋ, ਯੂਟਿਊਬ ਦੇ ਉੱਪਰ ਤੁਹਾਨੂੰ ਮਿਲ ਜਾਵੇਗਾ। ਇਹ ਸੀਐਮ ਦੀ ਸਹੁੰ ਚੁੱਕ ਸਮਾਗਮ ਉਸ ਦਿਨ ਦਾ ਬਿਆਨ ਹੈ। ਪਰ ਹੁਣ ਇੱਕਦਮ ਅਜਿਹਾ ਕੀ ਹੋ ਗਿਆ ਕਿ ਸੀਰਤ ਕੌਰ ਮਾਨ ਜੋ ਹੈ ਉਹ ਲਗਾਤਾਰ ਬਦਨਾਮ ਕਰਦੀ ਹੋਈ ਨਜ਼ਰ ਆ ਰਹੀ ਹੈ ਆਪਣੇ ਪਿਤਾ ਭਗਵੰਤ ਮਾਨ ਨੂੰ? ਕੀ ਹੋ ਸਕਦਾ ਹੈ? ਕੀ ਕੋਈ ਸਿਆਸੀ ਚਾਲ ਹੋ ਸਕਦੀ ਹੈ? ਹੋ ਸਕਦਾ ਹੈ ਸਭ ਕੁਝ ਮਿਲ ਕੇ ਆਪਸ ਦੇ ਵਿੱਚ ਪਲਾਨ ਕੀਤਾ ਹੋਵੇ, ਕਿਉਂਕਿ ਇੱਕ ਬਾਪ ਆਪਣੇ ਵਰਗੇ ਹੀ ਬਣਾਉਣਾ ਚਾਹੁੰਦਾ ਹੈ ਆਪਣੇ ਬੱਚਿਆਂ ਨੂੰ। ਹੋ ਸਕਦਾ ਕੋਈ ਪਬਲਿਕਲੀ ਸਟੰਟ ਹੋਵੇ ਕਿ ਸੀਰਤ ਕੌਰ ਮਾਨ ਏਦਾਂ ਕਰ ਕਰਕੇ ਪਬਲਿਕ ਦੇ ਵਿੱਚ ਸਾਹਮਣੇ ਆਉਂਦੀ ਹੋਵੇ ਤੇ ਅੱਗੇ ਅੱਗੇ ਆਪਦਾ ਜੋ ਗਰਾਊਂਡ ਹੈ ਉਹ ਤਿਆਰ ਕਰਦੀ ਹੋਵੇ, ਕਿਉਂਕਿ ਇਹ ਰਾਜਨੀਤੀ ਹੈ, ਰਾਜਨੀਤੀ ਦੇ ਵਿੱਚ ਕੁਛ ਵੀ ਹੋ ਸਕਦਾ ਹੈ। ਆਪਾਂ ਲੋਕ ਸਿਰਫ ਤੇ ਸਿਰਫ ਇਹ ਸੋਚੀ ਜਾਈਏ ਕਿ ਆਪਾਂ ਭਗਵੰਤ ਮਾਨ ਦੀ ਸਪੋਰਟ ਕਰੀਏ ਜਾਂ ਫਿਰ ਆਪਾਂ ਸੀਰਤ ਕੌਰ ਮਾਨ ਉਸਦੀ ਸਪੋਰਟ ਕਰੀਏ, ਇਹ ਸਭ ਕੁਛ ਇਹਨਾਂ ਦੀ ਸਿਆਸੀ ਚਾਲ ਵੀ ਹੋ ਸਕਦੀ ਹੈ। ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।